ਫਿਲੌਰ ਦੇ ਨੇੜੇ ਗੰਨਾ ਪਿੰਡ ਵਿਖੇ ਬੀਤੀ ਰਾਤ ਅਜੇ ਕੁਮਾਰ ਪੁੱਤਰ ਮੁਲਖਾਰਾਜ ਉਮਰ ਕਰੀਬ 25 ਸਾਲ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸ ਦੀ ਹਾਲਤ ਖਰਾਬ ਹੋਣ ਤੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪਿੰਡ ਦੇ ਮੋਤਵਾਰਾ ਨਾਗਰ ਰਾਮ ਅਤੇ ਇੱਕ ਹੋਰ ਮਹਿਲਾ ਨੇ ਦੱਸਿਆ ਕਿ ਸਾਡੇ ਪਿੰਡ ਸ਼ਰੇਆਮ ਨਸ਼ੇ ਵਿਕਦੇ ਹਨ ਅਤੇ ਪਹਿਲਾਂ ਵੀ ਕਈ ਨੌਜਵਾਨ ਨਸ਼ੇ ਦੀ ਭੇਟ ਚੜ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਅਜੇ ਕੁਮਾਰ ਦੇ ਦੋ ਛੋਟੀਆਂ ਬੱਚੀਆਂ ਹਨ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਫਿਲੌਰ ਥਾਣੇ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਅਚਾਨਕ ਮੌਤ ਹੋਈ ਹੈ ਅਤੇ ਉਸ ਦੇ ਪਤੀ ਨੇ ਕੋਈ ਵੀ ਟੀਕਾ ਨਹੀਂ ਲਗਾਇਆ ਸੀ। ਅਸੀਂ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਪਿੰਡ ਦੇ ਮੋਤਵਾਰ ਤੇ ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਮ ਮੇਰਾ ਲਾਗੇ ਦਾ ਨਾਮ ਹਾਂਜੀ ਤੇ ਮੁੰਡਾ ਦਾ ਮੋਲਾ ਮਤਲਬ ਨਸ਼ੇ ਦੀ ਓਵਰਡੋਜ਼ ਦਾ ਕੰਮ ਹੋਇਆ। ਠੀਕ ਹੈ ਜੀ। ਤੇ ਕਿੰਨੀ ਉਮਰ ਸੀ ਇਹਦੀ? ਹਾਂ 24-25 ਸਾਲ ਹੋਏਗੀ ਬਾਤ ਬਾਤ। 24-25 ਸਾਲ ਸੀ। ਕਿੰਨੇ ਸਮੇਂ ਤੋਂ ਇਹ ਨਸ਼ਾ ਕਰ ਰਿਹਾ ਸੀ ਪਤਾ? ਇਹ ਇੰਨਾ ਨਹੀਂ ਪਤਾ ਵੀ ਨਸ਼ਾ ਤਾਂ ਮੈਂ 2-3 ਸਾਲ ਹੋ ਗਏ ਨੇ ਘੱਟ ਤੋਂ ਘੱਟ। ਅੱਜ ਕੀ ਹੋਇਆ? ਅੱਜ ਬਸ ਨਸ਼ੇ ਦਾ ਹੀ ਹੋਇਆ। 7:30 ਵਜੇ ਕੰਮ ਤੋਂ ਆਇਆ ਸ਼ਾਮੀ। ਹਾਂਜੀ। ਉਸ ਤੋਂ ਬਾਅਦ ਪਤਾ ਨਹੀਂ ਫਿਰ ਕੀ ਨਸ਼ਾ ਕਿਹੜਾ ਖਾਦਾ, ਟੀਕਾ ਵਗੈਰਾ ਲਾਇਆ? ਨਹੀਂ ਇੰਨਾ ਨਹੀਂ ਮੈਨੂੰ ਪਤਾ ਵੀ ਮੈਂ ਤਾਂ ਆਪਣੇ ਘਰ ਸੀਗਾ ਵੀ ਹੈ ਨਸ਼ੇ ਦਾ ਹੀ ਕੰਮ ਆ। ਨਸ਼ੇ ਦਾ ਕਿੰਨਾ ਹੋਈ ਮੌਤ? ਹਾਂਜੀ ਹਾਂਜੀ। ਕਿੰਨੇ ਬੱਚੇ ਉਹਦੇ? ਦੋ ਗੁੜੀਆਂ ਛੋਟੇ ਛੋਟੇ ਸਾਲ ਸਾਲ 1.5 ਸਾਲ ਦੀਆਂ ਗੁੜੀਆਂ। ਕੀ ਕੰਮ ਕੀ ਕਰਦਾ ਸੀ? ਬਸ ਦਿਹਾੜੀ ਦਿਹਾੜੀ ਦੱਪਾ। ਹਾਂਜੀ। ਭੈਣ ਜੀ ਕੀ ਨਾਂ ਆ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਆ? ਸਾਡਾ ਇਹ ਹੋਇਆ ਵੀ ਨਿਆਣੇ ਰੋ ਮਰ ਦੇ ਤੇ ਨਸ਼ੇ ਕਰ ਕਰਕੇ। ਟੀਕਾ ਲਾ ਲਿਆ ਉਦੋ ਹੀ ਬੇਹੋਸ਼ ਸ਼ਹਿਰ ਲੈ ਗਏ ਤੇ ਉਹਨੇ ਕੈਬ ਖਤਮ ਹੋ ਗਏ। ਬੱਚਿਆਂ ਦੇ ਕਿੰਨੇ ਸੀ? ਦੋ ਗੁੱਡੀਆਂ ਨੇ, 4 ਸਾਲ ਹੋਏ ਅਜੇ ਵਿਆਹ ਨੂੰ। ਜਿਹੜਾ ਗੰਨੇ ਪਿੰਡ ਦੇ ਵਿੱਚ ਨਸ਼ਾ ਕਾਫੀ ਲੋਕਾਂ ਨੂੰ ਮਿਲ ਰਿਹਾ, ਸ਼ਰੇਆਮ ਮਿਲ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਹੁਤ ਜ਼ਿਆਦਾ। ਹਾਂਜੀ ਕੀ ਕਹਿਣਾ ਚਾਹੁੰਦੇ? ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਪੁਲਿਸ ਕੋਈ ਕਾਰਵਾਈ ਨਹੀਂ ਕਰਦੀ? ਨਹੀਂ ਕਰਦੀ। ਆਂਦੇ ਹੈਗੇ ਆ। ਹਾਂਜੀ। ਤੇ ਪਤਾ ਨਹੀਂ ਬੋਝੇ ਭਰਦੇ ਆ ਚਲੇ ਜਾਂਦੇ। ਠੀਕ ਹੈ। ਕਿੱਦਾਂ ਕੀ ਹਾਲਾਤ? ਉਹਦੇ ਅਚਾਨਕ ਉਹਦੀ ਮੌਤ ਹੋ ਗਈ ਤੇ ਘਰ ਵਾਲੀ ਨੇ ਦੱਸਿਆ ਕਿ ਬਾਹਰ ਖੇਤਾਂ 'ਚ ਆਇਆ ਸੀਗਾ, ਆਣ ਕੇ ਰੋਟੀ ਪਾਣੀ ਖਾਧਾ ਉਹਨੇ, ਰੋਟੀ ਪਾਣੀ ਖਾ ਕੇ ਉਹ ਬਹਿ ਗਿਆ ਤਾਂ ਉਹਦੀ ਅਚਾਨਕ ਮੌਤ ਹੋ ਗਈ ਆ। ਉਹ ਕਦੇ ਵੀ ਅਸੀਂ ਉਹਨਾਂ ਦੇ ਜਾਨ ਦਿਖਾਈ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਨਾ ਕਿਸੇ ਕੋਲ। ਪਤਾ ਲੱਗਾ ਆਲੇ ਦੁਆਲੇ ਗੁਆਂਢੀਆਂ ਨੇ ਦੱਸਿਆ, ਨਾਲ ਦੇ ਜਿਹੜੇ ਪ੍ਰਬੰਧਕ ਜ਼ਿੰਮੇਵਾਰ ਬੰਦੇ ਉਹਨਾਂ ਨੇ ਕਿਹਾ ਵੀ ਟੀਕਾ ਲੱਗਣ ਨਾਲ ਟੀਕੇ ਨਾਲ ਲਾਉਣ ਨਾਲ ਉਹ ਵੀਡੋਸ ਨਾਲ ਮੌਤ ਹੋ ਜਾਊਗੀ। ਨਹੀਂ ਉਹਦੀ ਘਰ ਵਾਲੀ ਕਹਿੰਦੀ ਆ ਕਿ ਕੋਈ ਟੀਕਾ ਨਹੀਂ ਲਾਇਆ ਉਹਨੇ, ਤਾਂ ਮੈਂ ਕੋਲ ਸੀ, ਰੋਟੀ ਪਾਣੀ ਮੈਂ ਦਿੱਤਾ ਉਹਨੂੰ, ਰੋਟੀ ਪਾਣੀ ਖਾ ਕੇ ਮੌਤ ਹੋਈ ਹੈ, ਨਾ ਕਿ ਕੋਈ ਕੀ ਡੈਡ ਬੋਡੀ ਉਹਨਾਂ ਕੋਲ। ਹਾਂਜੀ ਉਹਨਾਂ ਕੋਲ ਜਾਨ ਲਿਖਾ ਦੇ ਨਹੀਂ ਕੋਈ ਕਾਰਵਾਈ।